ਅੱਜ ਅਸੀਂ ਚੱਲੇ ਆ ਬਾਈਕ ਲੈਣ ਤੇ ਟ੍ਰੇਨ ਦੇ ਵਿੱਚ ਬੈਠੇ ਆ। ਸ਼ਾਹਗੜ੍ਹ ਤਾਂ ਪਹੁੰਚ ਗਿਆ, ਇੱਥੋਂ ਸਾਨੂੰ ਲੱਗਣਾ ਹੁਣ ਡੇਢ ਘੰਟਾ ਅੱਗੇ ਜਾਂਦੇ ਨੂੰ, ਤੇ ਹੁਣ ਇੱਕ ਸਟੇਸ਼ਨ ਆਊਗਾ ਤੇ ਨਕੋਦਰ ਰੁਕੂਗੀ ਰੇਲ। ਯਾਨੀ ਕਿ ਅਸੀਂ ਪੈਲ ਕੇ ਪਹੁੰਚ ਗਏ ਹਾਂ ਤੇ ਇੱਥੇ ਹੁਣ ਕਰਦੇ ਪਏ ਹਾਂ ਵੇਟ, ਟ੍ਰੇਨ ਹਜੇ ਖੜੀ ਆ। ਲੁਧਿਆਣੇ ਤਾਂ ਪਹੁੰਚ ਗਏ ਹਾਂ, ਲੁਧਿਆਣੇ ਵਾਲਿਆ ਆਉ ਰਿਹਾ ਸਾਹਮਣੇ, ਲੁਧਿਆਣੇ ਅਸੀਂ ਵੀ ਲੁਧਿਆਣੇ ਪਹੁੰਚਣ ਵਾਲੇ ਹਾਂ ਤੇ ਟ੍ਰੇਨ ਦੇ ਵਿੱਚ ਆ। ਤਕਰੀਬਨ ਇੱਥੋਂ ਸਾਨੂੰ ਹੁਣ ਲੱਗਣਗੇ 10 ਤੋਂ 15 ਮਿੰਟ ਤੇ ਫਿਰ ਅਸੀਂ ਜਾਵਾਂਗੇ ਤਾਂ ਜਲਸੀ ਤੇ ਫਿਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਬਾਈਕ ਆਪਾਂ ਕਿਹੜੀ ਲਈ ਆ। ਜੇ ਤੁਹਾਨੂੰ ਬਾਈਕ ਪਸੰਦ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਪਾਂ ਜੇ ਤੁਹਾਨੂੰ ਰਹੂਗਾ ਫੋਟੋ ਬਲੌਗਿੰਗ ਵੀ ਕਰਾਂਗੇ। ਆਪਾਂ ਸਟੇਸ਼ਨ ਗਏ ਹਾਂ ਪਹੁੰਚ ਤੇ ਰੇਲ ਗੱਡੀ ਤੋਂ ਗਏ ਆਪਾਂ ਉੱਤਰ, ਤਾਂ ਹੁਣ ਆਪਾਂ ਚੱਲਦੇ ਹਾਂ ਆਪਣੇ ਆਟੋ ਲੈਂਦੇ ਹਾਂ ਤੇ ਆਟੋ ਤੋਂ ਫਿਰ ਅੱਗੇ ਵੱਧਦੇ। ਆਪਾਂ ਸਟੇਸ਼ਨ 'ਚੋਂ ਆ ਗਏ ਹਾਂ ਬਾਹਰ ਤੇ ਆਪਾਂ ਹੁਣ ਚੱਲਦੇ ਹਾਂ ਆਪਣੀ ਅਗਲੀ ਮੰਜ਼ਿਲ ਵੱਲ ਤੇ ਲੱਭਦੇ ਹਾਂ ਕੋਈ ਆਟੋ। ਆਪਣੀ ਪਹਿਲੀ ਹੋ ਗਈ ਆ ਸਵਾਰੀ। ਲਓ ਜੀ ਆਪਾਂ ਨੂੰ ਉਤਾਰ ਦਿੱਤਾ ਬਾਈ ਨੇ, ਹੁਣ ਆਪਾਂ ਪਹੁੰਚ ਗਏ ਆਪਣੀ ਮੰਜ਼ਿਲ ਤੇ, ਚੱਲਦੇ ਹਾਂ ਅੰਦਰ। ਅੰਦਰ ਆ ਗਏ ਹਾਂ, ਬਾਕੀ ਹੁਣ ਆ ਖੜੀਆਂ ਬਾਈਕਾਂ, ਹੁਣ ਤੁਹਾਨੂੰ ਇਹਦੇ ਵਿੱਚ ਦੱਸਦੇ ਹਾਂ ਆਪਣੀ ਬਾਈਕ ਕਿਹੜੀ, ਹਜੇ ਨਹੀਂ ਤੁਹਾਨੂੰ ਦੱਸਣਾ, ਜਦੋਂ ਆਪਣਾ ਕਲੀਅਰ ਹੋ ਗਿਆ ਉਦੋਂ ਹੀ ਦੱਸਾਂਗੇ, ਠੀਕ ਆ। ਉਹਨਾਂ 'ਚ ਤੁਸੀਂ ਦੇਖੋ ਇੱਕ ਵਾਰੀ ਬਾਈਕ, ਤੁਹਾਨੂੰ ਮੈਂ ਪੂਰੀਆਂ ਦਿਖਾਉਂਦਾ ਕਿੱਦਾਂ ਕਿੱਦਾਂ। ਆਹ ਹੈਗੀ ਆ 50-300, ਠੀਕ ਹੈ ਜੀ। ਆਹ ਬਲੈਕ ਕਲਰ 'ਚ 50-300 ਹੈਗੀ ਆ, ਅਤੇ ਆਹ ਹੈਗੀ ਆ 1000 SX, ਠੀਕ ਹੈ ਜੀ। ਉਹ ਹੈਗੀ ਆ 650। ਵੇਟ ਕਰਦੇ ਪਏ ਹਾਂ, ਯਾਨੀ ਕਿ ਅਸੀਂ ਟਾਈਮ ਸਾਨੂੰ 2 ਘੰਟੇ ਲੱਗੂਗੇ, 2 ਘੰਟਿਆਂ ਬਾਅਦ ਸਾਡੀ ਬਾਈਕ ਸਾਨੂੰ ਮਿਲੂਗੀ ਅਤੇ ਆਪਾਂ ਅੱਗੇ ਵੱਧਦੇ ਹਾਂ ਚਲਾਵਾਂਗੇ। ਪਹਿਲੀ ਵਾਰ ਮੇਰੀ ਸੁਪਰ ਬਾਈਕ ਆ, ਯਾਨੀ ਕਿ ਪਹਿਲਾਂ ਤਾਂ ਆਪਾਂ ਸਪਲੈਂਡਰ ਹੀ ਚਲਾ ਰਹੇ ਹਾਂ, ਸਪਲੈਂਡਰ ਤੋਂ ਸਿੱਧਾ। ਆਹ ਹੈਗੀ ਆ 50-300, ਯਾਨੀ ਕਿ ਤੁਹਾਨੂੰ ਵੈਸੇ ਮੈਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਆਹ ਸ਼ੇਪ ਜ਼ਿਆਦਾ ਸੋਹਣੀ ਲੱਗਦੀ, ਮਤਲਬ ਕਲਰ ਆਹ ਜ਼ਿਆਦਾ ਸੋਹਣਾ ਲੱਗਦਾ ਕਿ ਬਲੈਕ ਜ਼ਿਆਦਾ ਸੋਹਣਾ ਲੱਗਦਾ? ਇਹ ਵੀ 50-300 ਹੀ ਆ, ਅਤੇ ਆਹ ਹੈਗੀ ਆ ਆਪਣੇ 1000 SX 50। ਇਹ ਵੀ ਹੈਗਾ ਬਲੈਕ ਅਤੇ ਗ੍ਰੀਨ, ਇਹ ਵੀ ਤੁਹਾਨੂੰ ਕਿੱਦਾਂ ਦੀ ਲੱਗਦੀ ਮੈਨੂੰ ਜ਼ਰੂਰ ਦੱਸਿਓ। ਅਤੇ ਆਹ ਵੀ ਹੈਗੀ ਆਪਣੀ 650, ਇਹ ਤੁਹਾਨੂੰ ਕਿੱਦਾਂ ਦੀ, ਇਹਦੀ ਸ਼ੇਪ ਕਿੱਦਾਂ ਦੀ ਲੱਗਦੀ, ਕਲਰ ਕਿੱਦਾਂ ਦਾ ਲੱਗਦਾ, ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ। ਜੇ ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨ। ਹੋਰ ਥੋੜ੍ਹੀ ਜਿਹੀ ਬਾਈਕ ਦਿਖਾਉਂਦੇ ਹਾਂ, ਆਹ ਵੀ ਇਹਨਾਂ ਦੀ ਇੱਕ ਬਾਈਕ ਕਾਵਾਸਾਕੀ ਵਾਲਿਆਂ ਦੀ, ਇਹ ਵੀ ਸੋਹਣੀ ਬਣੀ ਹੋਈ ਵੈਸੇ ਸ਼ੇਪ। ਅਤੇ ਬਾਕੀ ਆਪਣੀ ਹਜੇ ਬਾਈਕ ਰੈਡੀ ਹੁੰਦੀ ਪਈ ਆ, ਜਦੋਂ ਰੈਡੀ ਪੂਰੀ ਤਰ੍ਹਾਂ ਹੋ ਗਈ ਤਾਂ ਤੁਹਾਨੂੰ ਉਹ ਵੀ ਦਿਖਾਉਂਦੇ। ਤੁਹਾਨੂੰ ਇੱਥੇ ਬੈਠਿਆਂ ਨੂੰ 3 ਘੰਟੇ ਹੋ ਗਏ ਆ, 3 ਘੰਟੇ ਤਾਂ ਮੈਨੂੰ ਲੱਗਦਾ ਭੱਜ ਗਏ, 1 ਘੰਟਾ ਸਾਨੂੰ ਹੋਰ ਲਾਉਣਾ ਵਾ, 1 ਘੰਟੇ ਬਾਅਦ ਸਾਨੂੰ ਤੋਰਨਗੇ, 2 ਵਜੇ ਤਾਂ ਭਾਈ ਨੇ ਕਿਹਾ ਸੀ, ਹੁਣ 3 ਵਜੇ ਹੋਣਗੇ ਅਤੇ ਤਕਰੀਬਨ ਅਸੀਂ ਪਹੁੰਚਾਂਗੇ 5 ਵਜੇ ਘਰ। ਅਤੇ ਸਾਡੀ ਹਜੇ ਬਾਈਕ ਹੋਈ ਸਾਰਾ ਕੁਝ ਰੈਡੀ ਹੈ, ਬਸ ਇਹਨੂੰ ਸ਼ੋਅ ਤੋਂ ਬਾਅਦ। ਲਓ ਜੀ ਆਪਣੀ ਬਾਈਕ ਆ ਗਈ ਆ, ਹੁਣ ਆਪਾਂ ਕਰਦੇ ਹਾਂ ਇਹਦੀ ਅਨਬੋਕ। 'ਚ ਜੇ ਤੁਹਾਨੂੰ ਇਹ ਸਭ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਚੈਨਲ ਨੂੰ।